ਜਿਹੜੀ ਬਠਿੰਡੇ ਸ਼ਹਿਰ ਦੇ ਵਿੱਚ ਸਰਕਾਰੀ ਦੇ ਪੈਸੇ ਦੀ ਦੁਰਵਰਤੋਂ ਕਰਕੇ ਆਪਦੀਆਂ ਜੇਬਾਂ ਭਰਨ ਵਾਸਤੇ ਲੱਗੇ ਹੋਏ ਕੁਛ ਲੋਕ ਹੈ, ਉਹਨਾਂ ਨੇ ਇਕੱਲੇ ਇੱਥੇ ਹੀ ਨਹੀਂ ਕਿ ਇੰਨੇ ਕੁ ਨਾਲ ਸਾਰ ਲੈਂਦੇ, ਬਠਿੰਡਾ ਸ਼ਹਿਰ ਦੇ ਵਿੱਚ ਥਰਮਲ ਪਲਾਂਟ ਦੇ ਵਿੱਚ ਪਈ ਜ਼ਮੀਨ ਖੱਡੇ ਬਣਾ ਕੇ ਉੱਥੋਂ ਬਰੇਤੀ ਕੱਢਣ ਦਾ ਜਿਹੜਾ ਕੰਮ ਸ਼ੁਰੂ ਕੀਤਾ ਹੈ। ਇੱਦੂ ਐਡੀ ਵੱਡੀ ਇਨਫਰਾਸਟਰਕਚਰ ਬਣੇ ਆ, ਉੱਥੇ ਕਮਰੇ ਬਣੇ ਆ, ਵੀ ਉੱਥੇ ਮਤਲਬ ਖੜੇ ਆ, ਟਿੱਪਰ ਖੜੇ ਆ, JCB ਨਾਲ ਰੇਤਾ ਕੱਢਿਆ ਜਾ ਰਿਹਾ ਹੈ। ਔਰ ਪ੍ਰਸ਼ਾਸਨ ਆਪਣੀ ਡਿਊਟੀ ਕਰਨ ਦੇ ਵੀ ਜਾਮ ਹੈ, ਬਿਜਲੀ ਬੋਰਡ ਦੀ ਜਗ੍ਹਾ ਹੈ, ਬਿਜਲੀ ਬੋਰਡ ਦੇ ਉੱਥੇ ਦਫ਼ਤਰ ਹੈ, ਔਰ ਮਤਲਬ ਬਠਿੰਡਾ ਸ਼ਹਿਰ ਦੇ ਵਿੱਚ ਡਾਕਾ ਮਾਰਿਆ ਜਾ ਰਿਹਾ। ਪਰ ਉਹੀ ਰੇਤਾ ਜਾਂ ਲਿਆ ਕੇ ਉਹ ਅਸਲੀ ਫੈਨ ਸਾਈਨ ਨਹੀਂ ਕਿਹਾ ਜਾ ਸਕਦਾ, ਉਹਦੇ ਵਿੱਚ ਮਿੱਟੀ ਮਿਕਸ ਹੈ, ਉਹ ਸੜਕਾਂ 'ਤੇ ਪਾਇਆ ਜਾ ਰਿਹਾ, ਟਾਈਲਾਂ 'ਤੇ ਪਾਇਆ ਜਾ ਰਿਹਾ। ਜਿਹੜਾ ਟਾਈਲ ਪ੍ਰੇਮ ਸੀ ਨਾ, ਜਿਹੜਾ ਹਰ ਥਾਂ 'ਤੇ ਟਾਇਲ ਪਾਉਣ ਨੂੰ ਭੇਜਦੇ ਸੀ, ਉਹਦਾ ਇੱਕੋ ਇੱਕ ਕਾਰਨ ਸੀ ਕਿ ਉਹ ਇਹਨਾਂ ਦਾ ਰੇਤਾ ਵੇਖਦਾ ਸੀ। ਮੈਂ ਆਪ ਜਾ ਕੇ ਉੱਥੇ ਲਾਈਵ ਦੇਖਿਆ, ਤੁਸੀਂ ਲਾਈਵ ਦੇਖਿਆ, ਅੱਜ ਕੰਪਲੇਂਟ ਦੇਣਾ ਆਇਆ, ਮੇਰੇ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਕੰਪਲੇਂਟ ਤੋਂ ਬਾਅਦ ਜੇ ਪਰਚਾ ਨਾ ਦਰਜ ਹੋਇਆ, ਅਸੀਂ CM ਦੀ ਕੋਠੀ ਦੇ ਮੂਹਰੇ ਜਾ ਕੇ ਧਰਨਾ ਦੇਵਾਂਗੇ।